ਦੀਆਂ ਗਲੀਆਂ ਕਿਉਂ ਫਿਰਦਾ ਹੈ ਛਾਣਦਾ ਇਸ ਜੱਗ ਦੀਆਂ ਗਲੀਆਂ ਗੁੰਮ ਸੁੰਮ ਹੋਈ ਸੁਲੱਖਣੀ ਸੁਣ ਇਹਦੀ ਕਹਾਣੀ ਗੁੰਮ ਸੁੰਮ ਹੋਈ ਸੁਲੱਖਣੀ ਸੁਣ ਇਹਦੀ ਕਹਾਣੀ ਸਭ ਕੁਝ ਆਖੀ ਜਾਣਦਾ ਅੱਖੀਆਂ ਦਾ ਪਾਣੀ ਸਾਈਂ ਬਾਜੋ ਤੂੰ ਪਰਦੇਸੀ ਹੋ ਗਿਆ ਸਾਨੂੰ ਨੀਂਦ ਨਾ ਆਵੇ ਤੂੰ ਪਰਦੇਸੀ ਹੋ ਗਿਆ ਸਾਨੂੰ ਨੀਂਦ ਨਾ ਆਏ ਰਹਿ ਅੱਖਾਂ ਦੇ ਸਾਹਮਣੇ ਮਾਂ ਸਦਕੇ ਜਾਏ ਸੱਜਣ ਦਿਲ ਵਿੱਚ ਹਰ ਵੇਲੇ ਵੱਜਣ ਦਿਲ ਵਿੱਚ ਹਰ ਵੇਲੇ ਦੀਆਂ ਟੱਲੀਆਂ ਕਿਉਂ ਫਿਰ ਤਾਰੇ ਛਾਣਦਾ ਇਸ ਜੱਗ ਦੀਆਂ ਗਲੀਆਂ ਕਿਉਂ ਫਿਰ ਤਾਰੇ ਛਾਣਦਾ ਇਸ ਜੱਗ ਦੀਆਂ ਗਲੀਆਂ ਕਿਉਂ ਫਟੀਆਂ ਨੇ ਤੇਰੀਆਂ ਜੋ ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ ਨੇ ਪੂਰੀ ਇੰਜ ਸਰਨ ਕਰਦੇ ਦੇਖਣਾ ਮਾਏ ਮੇਰਿਆਂ ਪੈਰਾਂ ਦੇ ਛਾਲੇ ਮੈਂ ਆਇਆ ਹਾਂ ਕੀਲ ਕੇ ਕਈ ਫਨੀਅਰ ਕਾਰੇ ਦੇਖਣਾ ਮਾਏ ਮੇਰਿਆਂ ਪੈਰਾਂ ਦੇ ਛਾਲੇ ਮੈਂ ਆਇਆ ਹਾਂ ਕੀਲ ਕੇ ਕਈ ਫਨੀਅਰ ਕਾਰੇ ਲਹੂ ਪੀਣ ਦੇ ਆਦਮੀ ਲੱਭ ਰਿਹਾ ਬਾਬਰ ਆਇਆ ਪਾਪੀਆਂ ਦੀ ਲੈ ਕੇ ਟਾਣੀ
ਕੀਤਨੀ ਸਵਾਤੀ ਜੀ ਕੱਲ ਤੇ ਪਰਸੋਂ ਦੋ ਦਿਨ ਫਿਰ ਮੈਂ ਆਪ ਸਿੰਘ ਦੇ ਦਰਸ਼ਨ ਕਰਨੇ ਸਾਹਿਬਾਂ ਦੀ ਪਾਵਨ ਬਾਣੀ ਦਾ ਕੀਰਤਨ ਵੀ ਕਰਾਂਗੇ ਔਰ ਤੁਹਾਨੂੰ ਦਸ਼ਮੇਸ਼ ਪਿਤਾ ਦੇ ਪਰਿਵਾਰ ਦੇ ਦਰਸ਼ਨ ਵੀ ਕਰਾਵਾਂਗਾ ਇਤਿਹਾਸ ਚੋਂ। ਤੋਂ ਪਹਿਲੇ ਸਤਸੰਗ ਜੀ ਦੋ ਮਿੰਟ ਵਾਸਤੇ ਇਸੇ ਤਰ੍ਹਾਂ ਸਜੇ ਰਹੋ। ਸਭ ਤੋਂ ਪਹਿਲਾਂ ਆਪਾਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹਨਾਂ ਦਾ ਸਨਮਾਨ ਕਰਨਾ ਹੈ ਸੰਗਤਾਂ ਵੱਲੋਂ। ਸੋ ਕਿਰਪਾ ਕਰੋ, ਆਪਾਂ ਇੰਨੇ ਦਿਨ ਕੀਰਤਨ ਸਰਵਣ ਕੀਤਾ, ਸੋ ਦੋ ਮਿੰਟ ਹੋਰ ਇਸੇ ਤਰ੍ਹਾਂ ਸਜੇ ਰਹੋ ਤਾਂ ਕਿ ਬਹੁਤ ਸਤਿਕਾਰ ਸਹਿਤ ਸੰਗਤਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਏ। ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਬੈਠੇ ਨੇ, ਬਾਬਾ ਜੀ ਬੈਠੇ ਨੇ, ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਸਟੇਜ 'ਤੇ ਆ ਜਾਣ। ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਏਗਾ ਸੰਗਤਾਂ ਵੱਲੋਂ। ਸੋ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਬੈਠੇ ਨੇ ਉਹ ਕਿਰਪਾ ਕਰਕੇ ਜਰਾ ਛੇਤੀ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਜੀ। ਸੋ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਕਿ ਇਸ ਸਨਮਾਨ ਵਿੱਚ ਹਾਜ਼ਰ ਹੋਣ, ਉਹ ਵੀ ਸਟੇਜ ਤੇ, ਤਾਂ ਕਿ ਭਾਈ ਗੁਰਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਆ ਤੇ ਉਹ ਵੀ ਵਿੱਚ ਸ਼ਾਮਿਲ ਹੋਣ। ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਏਗਾ ਪੂਰੇ ਜਥੇ ਦਾ, ਜਥੇ ਦੇ ਬਾਕੀ ਸਿੰਘ ਜਸਪ੍ਰੀਤ ਸਿੰਘ, ਗੁਰਿੰਦਰਪਾਲ ਸਿੰਘ ਉਹ ਵੀ ਸਨਮਾਨ ਪ੍ਰਾਪਤ ਕਰਨਗੇ।